ਓ ਯਾਰ ਇਹ ਕੀ ਹੋ ਗਿਆ ਜੇ ਸੋਸ਼ਲ ਮੀਡੀਆ ਦੇਖੋ ਨਵੀਂ ਵੀਡੀਓ ਵਾਇਰਲ ਹੋ ਗਈ ਜੇ ਵੈਸੇ ਯਾਰ ਮੁੱਖ ਮੰਤਰੀ ਨੂੰ ਰਾਜਾ ਬਿੱਤਾ ਨੇ ਰੋਕਿਆ ਸੀ ਤੋ ਇੱਦਾਂ ਦੀ ਹਰਕਤਾਂ ਨਾ ਕਰਿਆ ਕਰ ਨਾ ਕਰਿਆ ਕਰ ਹੁਣ ਪਤਾ ਨਹੀਂ ਕਿੰਨਾ ਵੱਡਾ ਮੁੱਦਾ ਬਣ ਜਾਣਾ ਹੈਗਾ ਓ ਤੁਸੀਂ ਲੋਕ ਆ ਗਏ ਹੋ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਾਜਾ ਬੇਟਾ ਵੱਲੋਂ ਬਹੁਤ ਬਹੁਤ ਪਿਆਰ ਅਤੇ ਸਤਿ ਸ਼੍ਰੀ ਅਕਾਲ ਔਰ ਰਾਜਾ ਬੇਟਾ ਨਾ ਹੁਣ ਇੱਕ ਵੀਡੀਓ ਦੇਖ ਰਿਹਾ ਸੀਗਾ ਔਰ ਤੁਸੀਂ ਨੂੰ ਪਤਾ ਹੀ ਹੋਣਾ ਮੁੱਖ ਮੰਤਰੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸਦੇ ਵਿੱਚ ਉਹ ਛੱਲੀਆਂ ਵਾਲੇ ਦੀ ਗੱਲ ਗੁਲ ਜੀ ਕਰ ਰਿਹਾ ਸੀਗਾ ਉਸ ਤੋਂ ਬਾਅਦ ਨਾ ਉਸਦੀ ਬੇਟੀ ਨੇ ਛੱਲੀਆਂ ਵਾਲੀ ਦੀ ਬੇਟੀ ਨੇ ਇੱਕ ਵੀਡੀਓ ਅਪਡੇਟ ਕਰ ਛੱਡੀ ਜੇ ਖੈਰ ਇਹ ਤਾਂ ਰਾਜਾ ਬੇਟਾ ਤੁਹਾਨੂੰ ਪੂਰੀ ਖਬਰ ਹੁਣੇ ਦੱਸੇਗਾ ਪਰ ਜੇ ਤੁਸੀਂ ਆ ਗਏ ਹੋ ਨਾ ਤਾਂ ਰਾਜਾ ਬੇਟੇ ਦੀ ਡਿਊਟੀ ਬਣਦੀ ਹੈ ਤਾਂ ਸਾਨੂੰ ਐਂਟਰਟੇਨ ਕਰੇ ਆਓ ਚੱਲੀਏ ਵੇਖੀਏ ਰਾਜਾ ਬੇਟਾ ਜੀ ਨਵਾਂ ਕੇ ਲੈ ਕੇ ਆਇਆ ਜੇ ਚਲੋ ਵੇ ਸਾਨੂੰ ਪਤਾ ਮੁੱਖ ਮੰਤਰੀ ਫਿਰ ਇੱਕ ਵਾਰੀ ਮੁਸੀਬਤ ਦੇ ਵਿੱਚ ਫਸ ਗਿਆ ਜੇ ਇਸ ਵਾਰੀ ਮੁੱਖ ਮੰਤਰੀ ਤਕੜੇ ਫਸਿਆ ਲੱਗਦਾ ਜੇ ਔਰ ਥੋੜ੍ਹੇ ਦਿਨ ਪਹਿਲਾਂ ਨਾ ਮੁੱਖ ਮੰਤਰੀ ਨੇ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਨਾ ਕੋਈ ਛੱਲੀ ਵੇਚਣ ਵਾਲੀ ਦੀ ਨਕਲ ਲਗਾ ਰਿਹਾ ਸੀਗਾ ਉਸ ਤੋਂ ਬਾਅਦ ਛੱਲੀ ਵੇਚਣ ਵਾਲੀ ਦੀ ਬੇਟੀ ਅਲਕਾ ਨੇ ਮੁੱਖ ਮੰਤਰੀ ਦੀ ਸ਼ਿਰਕਤ ਦੇ ਉੱਤੇ ਇਤਰਾਜ਼ ਜ਼ਾਹਿਰ ਕਰ ਦਿੱਤਾ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਮਾਫ਼ੀ ਵੀ ਮੰਗ ਲਈ ਪਰ ਹੁਣ ਅਲਕਾ ਨੇ ਖੋਜ ਨੇ ਵੀ ਵੀਡੀਓ ਪਾ ਛੋੜੀ ਜੇ ਅਤੇ ਪਤਾ ਕੀ ਕਿਹਾ ਸੋਨੀ ਮਾਨ ਮੁੱਖ ਮੰਤਰੀ ਤੇ ਰਣਵੀਰ ਬਾਟ ਵਿਰ ਜੀ ਉਸਦੇ ਘਰ ਜਾ ਕੇ ਉਸਦੇ ਡੈਡੀ ਤੋਂ ਮਾਫ਼ੀ ਮੰਗਣ ਔਰ ਵੇਖੋ ਜ਼ਰਾ ਵੀਡੀਓ ਅੱਜ ਥੋੜ੍ਹੇ ਦਿਨਾਂ ਪਹਿਲਾਂ ਮੁੱਖ ਮੰਤਰੀ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਛੱਲੀ ਵਾਲੇ ਦੀ ਨਕਲ ਉਤਾਰਦਾ ਨਜ਼ਰ ਆ ਰਿਹਾ ਸੀ ਜਿਸ ਤੋਂ ਬਾਅਦ ਉਸ ਛੱਲੀ ਵਾਲੇ ਦੀ ਬੇਟੀ ਨੇ ਮੁੱਖ ਮੰਤਰੀ ਦੀ ਇਸ ਗੱਲ ਦੀ ਨਿੰਦਾ ਵੀ ਕੀਤੀ ਸੀ ਪਰ ਹੁਣ ਉਸ ਛੱਲੀ ਵਾਲੀ ਦੀ ਬੇਟੀ ਨੇ ਇੱਕ ਨਵੀਂ ਵੀਡੀਓ ਅਪਡੇਟ ਕਰ ਦਿੱਤੀ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਰਣਵੀਰ ਬਾਟ ਮੁੱਖ ਮੰਤਰੀ ਅਤੇ ਸੋਨੀ ਮਾਨ ਉਸਦੇ ਘਰ ਆਉਣ ਅਤੇ ਘਰ ਆ ਕੇ ਉਸਦੇ ਡੈਡੀ ਕੋਲੋਂ ਮਾਫ਼ੀ ਮੰਗਣ ਅੱਜ ਦੇਖੋ ਜਿਹੜਾ ਹੋਰ ਕੀ ਕੁਝ ਕਿਹਾ ਉਸਨੇ ਇਸ ਵੀਡੀਓ ਦੇ ਵਿੱਚ ਧਿਆਨ ਨਾਲ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਲਾਮ ਅਦਾਬ ਮੇਰੇ ਵੱਲੋਂ ਯਾਨੀ ਕਿ ਸੂਫੀ ਸਿੰਗਰ ਅਲਕਾ ਵੱਲੋਂ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕੁਛ ਦਿਨਾਂ ਤੋਂ ਬੜੀ ਵਾਇਰਲਿੰਗ ਹੋ ਰਹੀ ਹੈ ਵੀਡੀਓਜ਼ ਦੀ ਜਿਹਦੇ ਵਿੱਚ ਮੁੱਖ ਮੰਤਰੀ ਵੱਲੋਂ ਮੇਰੇ ਪਾਪਾ ਬਾਰੇ ਗਲਤ ਸ਼ਬਦ ਬੋਲੇ ਗਏ ਨੇ ਅਤੇ ਉਹ ਬੁਲਵਾਏ ਗਏ ਆ ਰਣਵੀਰ ਬਾਟ ਭਾਅ ਜੀ ਵੱਲੋਂ ਅਤੇ ਸੋਨੀ ਮਾਨ ਜੀ ਦੀ ਆਈ ਡੀ ਤੋਂ ਅਪਲੋਡ ਹੋਈ ਹੈ ਉਹ ਵੀਡੀਓ ਅਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਉਹ ਸਾਰੇ ਕਹਿ ਰਹੇ ਆ ਕਿ ਅਸੀਂ ਮਾਫ਼ੀ ਮੰਗਵਾ ਦਿੱਤੀ ਹੈ ਅਤੇ ਕੱਲ੍ਹ ਪਰਸੋਂ ਦੀ ਵੀਡੀਓ ਆ ਰਹੀ ਹੈ ਮਾਫ਼ੀ ਵਾਲੀ ਵੀ ਅਤੇ ਉਹਦੇ ਵਿੱਚ ਕੋਈ ਮਾਫ਼ੀ ਨਾਮ ਦਾ ਸ਼ਬਦ ਨਹੀਂ ਹੈ ਕਿਉਂਕਿ ਉਹਨੇ ਕਿਹਾ ਕਿ ਜੇ ਵੀਡੀਓ ਕਿਸੇ ਨੂੰ ਬੁਰੀ ਲੱਗੀ ਹੋਵੇ ਤਾਂ ਮੈਂ ਮਾਫ਼ੀ ਮੰਗਦਾ ਅਤੇ ਮੈਂ ਇਹੀ ਚਾਹੁੰਦੀ ਹਾਂ ਕਿ ਰਣਵੀਰ ਬਾਟ ਭਾਅ ਜੀ ਅਤੇ ਸੋਨੀ ਮਾਨ ਜੀ ਅਤੇ ਮੁੱਖ ਮੰਤਰੀ ਕਿੰਨੇ ਆਉਣ ਅਤੇ ਪਾਪਾ ਕੋਲੋਂ ਆਣ ਕੇ ਮਾਫ਼ੀ ਮੰਗਣ ਕਿਉਂਕਿ ਮੈਂ ਬੜਾ ਧੰਨਵਾਦ ਕਰਦੀ ਤੁਹਾਡਾ ਵੀ ਸਾਰਿਆਂ ਦਾ ਤੁਸੀਂ ਸਾਰਿਆਂ ਨੇ ਬੜੀ ਸਪੋਰਟ ਕੀਤੀ ਹੈ ਸਾਡੀ ਬੜਾ ਸਾਥ ਦਿੱਤਾ ਅਤੇ ਐਨ ਆਰ ਆਈ ਭਰਾਵਾਂ ਦਾ ਵੀ ਬੜਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਔਰ ਮੇਰੇ ਲਾਲੀ ਵੀਰ ਜੀ ਬਟਾਲੇ ਤੋਂ ਉਹਨਾਂ ਨੇ ਮੁੱਖ ਮੰਤਰੀ ਦੀ ਪਹਿਲਾਂ ਸਪੋਰਟ ਕੀਤੀ ਸੀ ਅਤੇ ਮੈਂ ਇਹੀ ਕਹਾਂਗੀ ਕਿ ਤੁਸੀਂ ਵੀਰ ਜੀ ਗਲਤ ਬੰਦੇ ਦੀ ਸਪੋਰਟ ਕਰ ਬੈਠੇ ਹੋ ਕਿਉਂਕਿ ਹੁਣ ਵੀ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੈਗੀ ਕਿ ਅਸੀਂ ਗਲਤ ਗੱਲ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਇੱਕ ਛੱਲੀਆਂ ਵਾਲੀ ਵੀਡੀਓ ਅਸੀਂ ਪਾਈ ਸੀ ਇੱਦਾਂ ਉੱਦਾਂ ਜੇ ਬੁਰੀ ਲੱਗੀ ਹੈ ਅਤੇ ਮਾਫ਼ੀ ਮੰਗਦੇ ਹਾਂ ਤੁਸੀਂ ਵਧੀਆ ਤਰੀਕੇ ਨਾਲ ਮਾਫ਼ੀ ਮੰਗੋ ਘਰ ਆਓ ਪਾਪਾ ਜੀ ਦਾ ਨਾਮ ਲੈ ਕੇ ਰਿਸਪੈਕਟ ਦੇ ਨਾਲ ਮਾਫ਼ੀ ਮੰਗੋ ਅਸੀਂ ਤਾਂ ਮਾਫ਼ੀ ਨੂੰ ਮਨਜ਼ੂਰ ਕਰਦੇ ਹਾਂ ਕਿਉਂਕਿ ਅਦਰਵਾਈਜ਼ ਨਹੀਂ ਕਿਉਂਕਿ ਉਹਦੇ ਵਿੱਚ ਕੁਛ ਇੰਨਾ ਜ਼ਾਹਿਰ ਨਹੀਂ ਕੀਤਾ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕਿ ਇਹ ਕਿਹਾ ਗਿਆ ਇਹਨਾਂ ਵੱਲੋਂ ਕਿ ਉਹ ਤਾਂ ਬੱਚਾ ਏ ਇੱਦਾਂ ਉੱਦਾਂ ਕਰਦੇ ਪਏ ਆ ਉਹ ਸਟਰੈਸ 'ਚ ਆ ਕੇ ਹੈ ਨਾ ਅਤੇ ਮੈਂ ਇਹ ਕਹਾਂਗੀ ਕਿ ਜੇ ਉਹ ਮਤਲਬ ਬੱਚਾ ਹੈ ਤਾਂ ਤੁਸੀਂ ਉਹਨੂੰ ਸਮਝਾਉਂਦੇ ਤੁਸੀਂ ਆਪ ਵੀਡੀਓ ਅਪਲੋਡ ਕੀਤੀ ਹੈ ਫਿਰ ਕਿਉਂ ਕੀਤੀ ਜੇ ਉਹ ਬੱਚਾ ਸੀ ਅਤੇ ਫਿਰ ਇਹਦੇ ਵਿੱਚ ਕਸੂਰ ਹੈ ਤੁਹਾਡਾ ਹੈ ਨਾ ਰਣਵੀਰ ਬਾਟ ਭਾਅ ਜੀ ਅਤੇ ਸੋਨੀ ਮਾਨ ਫਿਰ ਇਹਨਾਂ ਦਾ ਕਸੂਰ ਬਣਦਾ ਹੈ ਨਾ ਜੇ ਇਹ ਕਹਿੰਦੇ ਕਿ ਉਹ ਬੱਚਾ ਵਾ ਅਤੇ ਮੈਂ ਇਹੀ ਕਹਿੰਦੀ ਹਾਂ ਕਿ ਤੁਸੀਂ ਆਓ ਘਰੇ ਪਾਪਾ ਕੋਲੋਂ ਮਾਫ਼ੀ ਮੰਗੋ ਅਸੀਂ ਫਿਰ ਮਾਫ਼ੀ ਮਨਜ਼ੂਰ ਕਰਦੇ ਹਾਂ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰੇ ਵੀਰ ਵੈਸੇ ਮੁੱਖ ਮੰਤਰੀ ਦਾ ਛੋਟਾ ਬੱਚਾ ਹੈਗਾ 15 ਸਾਲਾਂ ਦਾ ਬੱਚਾ ਹੈਗਾ ਇਹ ਗੱਲ ਤਾਂ ਮੰਨਣੀ ਪਏਗੀ ਪਰ ਰਣਵੀਰ ਬਾਟ ਜੀ ਅਤੇ ਸੋਨੀ ਮਾਨ ਜੀ ਦੀ ਤੁਸੀਂ ਤਾਂ ਸਿਆਣੇ ਸੀਗੇ ਤੁਸੀਂ ਤਾਂ ਇਹਨੂੰ ਰੋਕ ਸਕਦੇ ਸੀਗੇ ਹੁਣ ਤੁਸੀਂ ਨਾ ਇੱਦਾਂ ਕਰੋ ਚਲੋ ਕੋਈ ਗੱਲ ਨਹੀਂ ਜੋ ਚੀਜ਼ ਹੋ ਗਈ ਉਹ ਹੋ ਗਈ ਹੈ ਹੁਣ ਤੁਸੀਂ ਇੱਦਾਂ ਕਰੋ ਇਹਨੂੰ ਅੱਗੇ ਤੋਂ ਇੱਦਾਂ ਦੀ ਹਰਕਤਾਂ ਕਰਨ ਤਾਂ ਰੋਕੋ
ਬਚਨ ਗੁਰੂ ਰੰਧਾਵਾ ਵੀਰ ਜੀ ਵੀ ਕਮਾਲ ਦੇ ਵੀਰ ਜੀ ਹੈਗੇ ਨੇ, ਇਤਨੇ ਸੋਹਣੇ ਸੋਹਣੇ ਗਾਣੇ ਕੱਢਦੇ ਹੈਗੇ ਨੇ, ਪਰ ਇੱਕ ਰਾਜੇ ਬੇਟੇ ਦੀ ਸਮਝ ਨਹੀਂ ਆਈ। ਔਰ ਜੇ ਗੁਰੂ ਰੰਧਾਵਾ ਵੀਰ ਜੀ ਪੰਜਾਬੀ ਗਾਣੇ ਇਤਨੇ ਸੋਹਣੇ ਕਰ ਰਹੇ ਨੇ, ਹਿੰਦੀ ਗਾਣੇ ਇਤਨੇ ਸੋਹਣੇ ਕਰ ਰਹੇ ਨੇ, ਤਾਂ ਫਿਰ ਸਪੈਨਿਸ਼ ਗਾਣੇ ਕਰਨ ਦੀ ਕੀ ਲੋੜ ਹੈਗੀ ਹੈ? ਉਹ ਯਾਰ ਰਾਜੇ ਬੇਟਾ ਮਜ਼ਾਕ ਨਹੀਂ ਕਰ ਰਿਹਾ ਹੈਗਾ, ਗੁਰੂ ਰੰਧਾਵਾ ਵੀਰ ਜੀ ਇੱਕ ਨਵਾਂ ਸਪੈਨਿਸ਼ ਗਾਣਾ ਕਰਨ ਲੱਗੇ ਨੇ, ਉਹ ਵੀ ਪਿੱਚ ਬੁੱਲ ਦੇ ਨਾਲ, ਅਤੇ ਨਾਲ ਕੋਈ ਹੈਗਾ ਤਿੱਤੋ ਬੰਬੀਨੋ ਕਰਕੇ ਬੰਦਾ ਹੈਗਾ, ਉਹ ਬੰਦੇ ਦੇ ਨਾਲ ਉਹ ਗਾਣਾ ਕਰਨ ਲੱਗੇ ਨੇ। ਹਾਂ ਵੇਖੋ ਜਰਾ। ਗੁਰੂ ਰੰਧਾਵਾ ਵੀਰ ਜੀ ਨੇ ਆਪਣੇ ਇਸ ਪਹਿਲੇ ਸਪੈਨਿਸ਼ ਸੌਂਗ ਦੀ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਗਾਣੇ ਦੇ ਸ਼ੂਟ ਦੇ ਦੌਰਾਨ ਦਿੱਤੀ ਗਈ ਇੱਕ ਫੋਟੋ ਨੂੰ ਸ਼ੇਅਰ ਕਰਕੇ ਦੇ ਛੋੜੀ 'ਚ। ਗੁਰੂ ਰੰਧਾਵਾ ਵੀਰ ਜੀ ਦੇ ਇਸ ਗਾਣੇ ਦਾ ਨਾਮ ਹੈਗਾ ਮੂਵੇ ਲਾ ਸੰਜੋਰਾ, ਅਤੇ ਗਾਣਾ ਗੁਰੂ ਰੰਧਾਵਾ ਵੀਰ ਜੀ ਪਿਟਬੁੱਲ ਅਤੇ ਟਿਟੋ ਬੰਬੀਨੋ ਪੈਟਰੋ ਦੇ ਨਾਲ ਕਰ ਰਹੇ ਨੇ। ਇਸ ਇਨਫੋਰਮੇਸ਼ਨ ਨੂੰ ਸ਼ੇਅਰ ਕਰਦਿਆਂ ਗੁਰੂ ਰੰਧਾਵਾ ਵੀਰ ਜੀ ਨੇ ਲਿਖਿਆ, ਮਾਈ ਫਸਟ ਸਪੈਨਿਸ਼ ਸੌਂਗ ਵਿਦ ਸ਼ਰ ਪਿਟਬੁੱਲ ਐਂਡ ਮਾਈ ਬ੍ਰਾ ਟਿਟੋ ਬੰਬੀਨੋ ਪੈਟਰੋ ਵਿਲ ਬੀ ਆਊਟ ਸੂਨ। ਸੌਂਗ ਨੇਮ ਇਜ਼ ਮੂਵੇ ਲਾ ਸੰਜੋਰਾ, ਲੈਟਸ ਟੇਕ ਇੰਡੀਆ ਵਰਲਡ ਵਾਈਡ ਵਿਦ ਦਿਸ ਟੂ। ਰਾਜਾ ਬੇਟਾ ਦੀ ਤਾਂ ਜੀਭ ਨੂੰ ਚੱਕਰ ਆ ਗਏ ਸੀ ਇਸ ਗਾਣੇ ਦਾ ਨਾਮ ਲੈਂਦਿਆਂ। ਵੈਸੇ ਗੁਰੂ ਰੰਧਾਵਾ ਵੀਰ ਜੀ ਰਾਜਾ ਬੇਟਾ ਨੂੰ ਨਾ ਤੁਹਾਡੇ ਇਸ ਗਾਣੇ ਦਾ ਨਾਮ ਦੱਸਣ ਲੱਗੇ ਸੀਰੀਅਸਲੀ ਉਹ ਦੰਦਲਾਂ ਹੀ ਪੈ ਗਈਆਂ ਸੀ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਜਿੱਦਾਂ ਨਾਮ ਰਾਜਾ ਬੇਟਾ ਨੂੰ ਲੈਣਾ ਇਤਨਾ ਔਖਾ ਹੋਇਆ ਪਿਆ ਸੀਗਾ, ਉਹਦਾ ਗਾਣਾ ਤੁਸੀਂ ਕਿੱਦਾਂ ਗਾਇਆ ਹੋਣਾ? ਖੈਰ ਤੁਹਾਡਾ ਜਿਗਰਾ ਹੀ ਹੈਗਾ ਜਿਹੜਾ ਤੁਸੀਂ ਐਡਾ ਵੱਡਾ ਗਾਣਾ ਕਰਦੇ ਪਏ ਹੋ। ਉਹ ਯਾਰ ਅਨਮੋਲ ਕੁਆਤਰਾ ਵੀਰ ਜੀ ਕਿਆ ਬਾਤ ਹੈ, ਤੁਸਾਂ ਦੀ ਗੱਲਬਾਤ ਹੀ ਵੱਖਰੀ ਹੋਈ ਜਾਂਦੀ ਪਈ ਜੇ। ਔਰ ਤੁਸਾਂ ਨੂੰ ਪਤਾ ਅਨਮੋਲ ਕੁਆਤਰਾ ਵੀਰ ਜੀ ਪਹਿਲੇ ਤਾਂ NGO ਚਲਾਉਂਦੇ ਸੀ, ਵੀ ਡੋਂਟ ਐਕਸੈਪਟ ਮਨੀ ਔਰ ਥਿੰਗਸ, ਉਹ ਹਲੇ ਵੀ ਚਲਾਉਂਦੇ ਪਏ ਆ, ਪਰ ਅਨਮੋਲ ਕੁਆਤਰਾ ਵੀਰ ਜੀ ਹੁਣ ਐਕਟਿੰਗ ਦੇ ਵਿੱਚ ਵੀ ਜਾ ਰਹੇ ਨੇ, ਅਤੇ ਉਹ ਪਤਾ ਕਿਹਦੇ ਨਾਲ ਜਾ ਰਹੇ ਨੇ? ਗਿੱਪੀ ਗਰੇਵਾਲ ਵੀਰ ਜੀ ਦੇ ਨਾਲ। ਉਹ ਫਿਲਮ ਆ ਰਹੀ ਨਾ ਉਹਨਾਂ ਦੀ, ਇੱਕ ਉਹ ਉਹ ਯਾਰ ਕੀ ਨਾਮ ਉਹਦਾ, ਇੱਕ ਸੰਧੂ ਹੁੰਦਾ ਸੀ ਉਹਦੇ ਵਿੱਚ। ਅਨਮੋਲ ਕੁਆਤਰਾ ਵੀਰ ਜੀ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਕਰ ਛੋੜਿਆ ਜੇ। ਇਸ ਵੀਡੀਓ ਦੇ ਵਿੱਚ ਅਨਮੋਲ ਕੁਆਤਰਾ ਵੀਰ ਜੀ ਇੱਕ ਸੰਧੂ ਹੁੰਦਾ ਸੀ ਦੇ ਵਿੱਚ ਐਕਟਿੰਗ ਕਰਨ ਲਈ ਬਹੁਤ ਜ਼ਿਆਦਾ ਐਕਸਾਈਟਿਡ ਨਜ਼ਰ ਆ ਰਹੇ ਨੇ। ਦੇਖੋ ਜਰਾ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਪਏ ਨੇ ਅਨਮੋਲ ਕੁਆਤਰਾ ਵੀਰ ਜੀ, ਵੇਖੋ ਵੇਖੋ। ਅੱਛਾ ਕੁਆਤਰਾ ਸਾਹਿਬ, ਤੁਸੀਂ ਐਕਟਿੰਗ ਕਰੋਗੇ? ਅੱਛਾ ਅੱਛਾ, ਅੱਜ ਥੋੜ੍ਹਾ ਜਿਹਾ ਮੇਰਾ ਸਾਥ ਦਿਓ, ਮੈਂ ਰਿਹਰਸਲ ਤੁਹਾਡੇ ਕੋਲ ਹੀ ਕਰਿਆ ਕਰਨੀ ਹੈ। ਪਿਛਲੀਆਂ 7 ਪੁਸ਼ਤਾਂ 'ਚ ਨਹੀਂ ਕੋਈ ਗਿਆ ਐਕਟਿੰਗ 'ਚ, ਵੈਸੇ ਮੇਰਾ ਗੋਲ ਨਹੀਂ ਸੀਗਾ ਐਕਟਿੰਗ 'ਚ ਜਾਣ ਦਾ, ਪਰ ਹਾਏ ਟਿਕਟੋਕ ਵਾਲਿਆਂ ਨੇ ਸੱਚੀ ਦਾ ਸਟਾਰ ਬਣਾ ਤਾ, ਟਿਕਟੋਕ ਸਟਾਰ। ਬਹੁਤ ਓਵਰ ਐਕਟ ਕਰ ਰਿਹਾ ਨਾ ਮੈਂ, ਚਾਹ ਹੀ ਬੜਾ ਚੜਿਆ। ਇਹ ਚਾਹ ਤਾਂ ਉਹ ਸਮਝ ਸਕਦੇ ਨੇ ਜਿਹੜੇ ਪਿਆਰ ਕਰਦੇ ਨੇ ਦਿਲੋਂ, ਤੁਹਾਨੂੰ ਨਹੀਂ ਚਾਹ ਚੜਿਆ? ਉਹ ਯਾਰ ਘਰ ਦਾ ਬੰਦਾ ਤੁਹਾਡਾ ਫਿਲਮਾਂ 'ਚ ਚੱਲਾ ਚਲਾ ਗਿਆ, ਫਿਲਮ ਆ ਰਹੀ ਪੰਜਾਬੀ 'ਚ। ਓਏ ਹੋਏ ਓਏ ਹੋਏ ਹੋਏ ਓਏ ਹੋਏ ਕੁਆਤਰੇ, ਤੂੰ ਇੰਨੇ ਜੋਗਾ ਨਹੀਂ ਸੀ, ਇੰਨੇ ਜੋਗਾ ਨਹੀਂ ਸੀ ਜਿੰਨੇ ਜੋਗਾ ਤੈਨੂੰ ਬਣਾ ਤਾ। ਲਵ ਯੂ ਸਾਰਿਆਂ ਨੂੰ। ਕੁਆਤਰਾ ਸਾਹਿਬ ਰੈਡੀ ਹੋ ਰਹੇ ਨੇ, ਕੁਆਤਰਾ ਸਾਹਿਬ ਲਾਈਟਾਂ ਚਲਾਓ ਮਾੜੀਆਂ ਜਿਹੀਆਂ। ਆ ਹਾਂ ਆ ਹਾਂ ਫਿਲਮ ਬਣਾ ਰਹੇ ਹੋ ਨਾ, ਇੱਕ ਸੰਧੂ ਹੁੰਦਾ ਸੀ, ਇੱਕ ਟਾਈਮ ਇਸ ਤਰ੍ਹਾਂ ਦਾ ਵੀ ਆਏਗਾ ਜਦੋਂ ਤੁਸੀਂ ਫਿਲਮ ਬਣਾਓਗੇ, ਇੱਕ ਰਾਜਾ ਬੇਟਾ ਹੁੰਦਾ ਸੀ। ਵੈਸੇ ਨਾ ਜੈਸਮਿਨ ਸੈਨਸ ਦੀਦੀ ਵੀ ਨਾ ਆਪਣੀ ਮੰਮੀ ਨਾਲ ਕਿਸੇ ਨਾ ਕਿਸੇ ਗੱਲ 'ਤੇ ਲੜਦੀ ਰਹਿੰਦੀ ਹੈਗੀ ਹੈ, ਅਤੇ ਹੁਣ ਜੈਸਮਿਨ ਸੈਨਸ ਦੀਦੀ ਨੇ ਆਪਣੀ ਮੰਮੀ ਨਾਲ ਇੱਕ ਨਵੀਂ ਲੜਾਈ ਛੇੜ ਲਈ, ਜਿਸ ਤੋਂ ਬਾਅਦ ਉਸਦੀ ਮੰਮੀ ਨੇ ਇਤਨੀ ਤਕੜੇ ਤਕੜੇ ਜਵਾਬ ਦਿੱਤੇ ਜੈਸਮਿਨ ਸੈਨਸ ਦੀਦੀ ਨੂੰ ਕਿ ਜੈਸਮਿਨ ਸੈਨਸ ਦੀਦੀ ਚੁੱਪ ਕਰ ਗਈ ਹੈ। ਪਤਾ ਕੀ ਗੱਲ ਹੋਈ ਸੀ? ਜੈਸਮਿਨ ਸੈਨਸ ਦੀਦੀ ਆਪਣੀ ਮੰਮੀ ਨੂੰ ਪੁੱਛਦੀ ਕਿ ਤੁਸੀਂ ਉਹਦੇ ਕਰੀਅਰ ਦੇ ਵਿੱਚ ਉਸਨੂੰ ਕਿਸ ਤਰ੍ਹਾਂ ਸਾਥ ਦਿੱਤਾ, ਤੁਸੀਂ ਕਦੇ ਸਪੋਰਟ ਨਹੀਂ ਕੀਤਾ। ਜਿਸ ਤੋਂ ਬਾਅਦ ਜੈਸਮਿਨ ਸੈਨਸ ਦੀਦੀ ਦੀ ਮੰਮੀ ਨੂੰ ਆਇਆ ਗੁੱਸਾ, ਅਤੇ ਉਹਨਾਂ ਨੇ ਫਿਰ ਦਿਖਾਇਆ ਕਿੱਦਾਂ ਕਿੱਦਾਂ ਸਾਥ ਦਿੱਤਾ ਉਹਨਾਂ ਨੇ। ਦੇਖੋ ਜਰਾ ਵੀਡੀਓ। ਜੈਸਮਿਨ ਸੈਨਸ ਦੀਦੀ ਦੇ ਇਸ ਵੀਡੀਓ ਦੇ ਵਿੱਚ ਜੈਸਮਿਨ ਸੈਨਸ ਦੀਦੀ ਪਹਿਲਾਂ ਆਪਣੀ ਮੰਮੀ ਨੂੰ ਪੁੱਛਦੀ ਹੈ ਕਿ ਜਦੋਂ ਉਹਦਾ ਕਰੀਅਰ ਸ਼ੁਰੂਆਤ ਹੋਇਆ ਸੀ ਉਹਨਾਂ ਨੇ ਕਦੀ ਉਹਨੂੰ ਸਪੋਰਟ ਨਹੀਂ ਕੀਤਾ, ਜਿਸ ਤੋਂ ਬਾਅਦ ਜੈਸਮਿਨ ਸੈਨਸ ਦੀਦੀ ਦੀ ਮੰਮੀ ਨੂੰ ਗੁੱਸਾ ਆ ਗਿਆ, ਅਤੇ ਦੇਖੋ ਉਹਨਾਂ ਨੇ ਕਿਹੜੇ ਜਵਾਬ ਦਿੱਤਾ ਜੈਸਮਿਨ ਸੈਨਸ ਦੀਦੀ ਨੂੰ ਕਿ ਕਿੱਦਾਂ ਕਿੱਦਾਂ ਸਪੋਰਟ ਕੀਤੀ ਸੀ, ਫਿਰ ਜੈਸਮਿਨ ਸੈਨਸ ਦੀਦੀ ਵੀ ਚੁੱਪ ਕਰ ਗਈ। ਆ ਵੇਖੋ ਜਰਾ, ਮੈਨੂੰ ਸਿਰ 'ਤੇ ਚੜਾਇਆ ਸੀ। Wait, I need another snap for this. Susie, minu sir te chadaya mummy. Are you sure? Nahi.
I want to know ki tusi mainu share te kidda jada tell me this one incident in my life because the truth is you did not believe in me until like the last year of my career. Do you have any idea what you're mumbling? My mom was like, you guys have proof on YouTube. My mom and dad were standing in this kitchen right here. They were like, you're never gonna be a musician. You're never gonna make it. And you're not a singer. My mom told me I'm not a singer. Singer are people that go to school for singing. You know, she goes, tera kuch nahi hona music industry vich, tu rehn de. I said, mummy, te papa mainu 6 mahine do. Do you remember that conversation we had right here? Okay, my mom is really mad right now. Mom, you and did the court case pe aasi papa ne meri puri tenu utthe bhejya si ਇੱਕ ਵਾਰੀ ਆਡੀਸ਼ਨ ਤੇ ਤੂੰ ਲਾਸ ਵੇਗਸ ਗਈ ਸੀ ਫਿਰ ਕਿਹੜੀ ਕੁੜੀ ਦਾ ਨਾਮ ਤੈਨੂੰ ਜਾਣ ਦੇਣਾ ਸੀ ਜੇ ਸਪੋਰਟ ਨਾ ਕੀਤਾ ਹੁੰਦਾ ਤੇ ਤੁਸੀਂ ਕਲੱਬ ਵੀ ਗਏ ਸੀ ਮੇਰੇ ਨਾਲ ਜਦੋਂ ਮੇਰੀ ਪਰਫਾਰਮੈਂਸ ਸੀ ਸੈਨ ਫਰਾਂਸਿਸਕੋ ਫਿਰ ਇਹੀ ਬੈਂਡ ਸੀ ਨਾ ਤੇਰੀ ਉਹਦੇ ਵਾਸਤੇ ਗਈ ਸੀ ਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਕਿੰਨਾ ਕੁ ਸੇਫ ਹੈ ਜਾਂ ਮਤਲਬ ਤੂੰ ਜਾ ਸਕਦੀ ਕਿ ਨਹੀਂ ਜਾ ਸਕਦੀ ਉਹ ਮੇਰੀ ਮਤਲਬ ਪ੍ਰੋਟੈਕਸ਼ਨ ਸੀ ਕਿ ਮੈਂ ਆਪਣੇ ਬੱਚੇ ਨੂੰ ਪ੍ਰੋਟੈਕਟ ਕਰਨਾ ਸੋ ਸਪੋਰਟ ਕਰਨਾ ਤਾਂ ਸਪੋਰਟ ਕਿ ਲੋ ਕਹਿੰਦੇ ਨੇ ਦਿਲੋਂ ਆ ਜਾਈ ਅੱਜ ਦਿਲੋਂ ਨਹੀਂ ਗੱਲ ਕੁਛ ਹੋਰ ਗੱਲ ਕਹਿਣੀ ਹੋਵੇ ਕਈ ਵਾਰੀ ਯਾਦ ਆਉਂਦੀ ਆ ਐਨੀਵੇਜ਼ ਮਾਈ ਮਮ ਰੀਲੀ ਡਿਡ ਸਪੋਰਟ ਮੀ ਮੇਰੀ ਮੰਮੀ ਨੇ ਮੈਨੂੰ 6 ਸਾਲ ਦੀ ਉਮਰ ਵਿੱਚ ਪਹਿਲੀ ਵਾਰੀ ਸਟੇਜ 'ਤੇ ਚੜਾਇਆ ਸੀ ਅਤੇ ਉਸ ਤੋਂ ਬਾਅਦ ਮੰਮੀ ਨੇ ਮੈਨੂੰ ਸੱਚੀ ਬਹੁਤ ਪਿਆਰ ਕੀਤਾ ਮੰਮੀ ਨੇ ਜਦੋਂ ਗੁੱਸੇ ਵੀ ਹੋਏ ਕਿ ਤੂੰ ਕੀ ਕਰੀ ਜਾਂਦੀ ਕਿੰਨੇ ਗਾਣੇ ਰਿਲੀਜ਼ ਕਰੇਂਗੀ ਆ ਮਤਲਬ 4-5 ਸਾਲ ਪਹਿਲਾਂ ਦੀ ਗੱਲ ਹੈ ਈਵਨ ਦੈਟ ਡਿਡਨਟ ਹੈਵ ਐਨ ਇਫੈਕਟ ਔਨ ਮੀ ਆਈ ਥਿੰਕ ਇਟਸ ਬਿਊਟੀਫੁਲ ਟੂ ਹੈਵ such practical and real people around you and my mom and my sister and my brother they all at one point said to me matlab 4-5 saal pehla di gall hai we were all in this house one summer and they said that this is not working for you yaar na mile release bhi ho gaya si gana pata ho te everybody said that bas bahut kar le gaane but oh vi cheez main bahut appreciate kar di hu because one of the ਵੈਸੇ ਜੈਸਮਿਨ ਸੈਨਸ ਦੀਦੀ ਰਾਜਾ ਬੇਟਾ ਤੁਸਾਂ ਨੂੰ ਇੱਕ ਗੱਲ ਦੱਸ ਦੇਵੇ ਘਰਦਿਆਂ ਦੀ ਸਪੋਰਟ ਦੇ ਬਿਨਾਂ ਨਾ ਕੋਈ ਇਨਸਾਨ ਕਿਸੇ ਵੀ ਮੁਕਾਮ 'ਤੇ ਨਹੀਂ ਪਹੁੰਚ ਸਕਦਾ ਅਤੇ ਰੱਬ ਦੀ ਕਿਰਪਾ ਦੇ ਨਾਲ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਤੁਸੀਂ ਇੰਨੇ ਅੱਛੇ ਮੁਕਾਮ 'ਤੇ ਬੈਠੇ ਹੋ ਕਹਿਣ ਜਾਂਦੀ ਇਸ ਜਿਹੜਾ ਤੁਹਾਡੇ ਪੇਰੈਂਟਸ ਅਤੇ ਤੁਹਾਡੇ ਮੰਮੀ ਡੈਡੀ ਕਰਕੇ ਪੋਸੀਬਲ ਹੋਇਆ ਜੇ ਸਮਝ ਆਈ ਜੇ ਮੰਮੀ ਡੈਡੀ ਰੋਜ਼ ਸਿਰ ਉੱਠ ਕੇ ਥੈਂਕ ਯੂ ਕਰਿਆ ਕਰੋ ਠੀਕ ਹੈ ਚਲੋ ਇਹ ਤਾਂ ਸੀ ਜੈਸਮਿਨ ਸੈਨਸ ਦੀਦੀ ਦੀ ਗੱਲ ਪਰ ਰਾਜਾ ਬੇਟਾ ਜਾਂਦੇ ਜਾਂਦੇ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਜੇ ਉਹ ਗੱਲ ਇਹੀ ਹੈਗੀ ਹੈ ਕਿ ਐਂਟਰਟੇਨਮੈਂਟ ਬਾਲੀਵੁੱਡ ਬਾਲੀਵੁੱਡ ਦੀ ਕੋਈ ਵੀ ਖਬਰ ਦੇਖਣੀ ਹੋਵੇ ਨਾ ਤਾਂ ਤੁਸੀਂ ਉਹਦੇ ਲਈ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ ਤਦ ਤੱਕ ਦੇ ਲਈ ਰਾਜਾ ਬੇਟਾ ਨੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਰਾਜਾ ਬੇਟਾ Priya Gera, I'm a 20-year engineering student. So I joined BodyFab about 3-4 months back, and मैंने अपनी weight loss journey 84 kg से start करी थी, and now I'm about 69 kg. I strongly recommend जो अपना weight loss करना चाहते हैं, जो obesity से बाहर आना चाहते हैं, जो अपने health issues को improve करना चाहते हैं, अपनी eating habits को improve करना चाहते हैं, BodyFab is the right place to guide you.